ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਤੁਹਾਡਾ ਮੇਰੇ ਚੈਨਲ 'ਤੇ। ਉਮੀਦ ਕਰਦੇ ਤੋਂ ਸਾਰੇ ਠੀਕ ਠਾਕ ਹੋਵੋਗੇ, ਤੰਦਰੁਸਤ ਹੋਵੋ, ਖੁਸ਼ਹਾਲ ਹੋਵੋਗੇ। ਮੈਂ ਵੀ ਬਿਲਕੁਲ ਠੀਕ ਹੈ। ਟਾਈਮ ਹੋ ਰਿਹਾ 4 ਵਜੇ ਦਾ, ਸ਼ਾਮ ਦੇ 4 ਵੱਜ ਗਏ। ਮੈਂ ਲੈ ਕੇ ਆਈ ਮੈਂਗੋ ਸ਼ੇਕ ਕਰਕੇ, ਚਾਹ ਪੀਣ ਨੂੰ ਅੱਜ ਦਿਲ ਨਹੀਂ ਕੀਤਾ ਹੈਗਾ। ਐਂ ਦਿਲ ਕਰਦਾ ਕੋਈ ਠੰਡੀ ਜਿਹੀ ਚੀਜ਼ ਖਾ ਲਾਂ ਜਾਂ ਪੀ ਲਾਂ, ਹੈ ਨਾ। ਫਿਰ ਮੈਂ ਕਿਹਾ ਚਲੋ ਮੈਂਗੋ ਸ਼ੇਕ ਕਰ ਲੈਂਦੇ। ਮੈਂਗੋ ਮੇਰੇ ਕੋਲ ਫਰੋਜ਼ਨ ਪਿਆ ਸੀਗਾ, ਮੈਂ ਉੱਪਰ ਫ੍ਰੀਜ਼ਰ ਵਿੱਚ ਮੈਂਗੋ ਪਿਊਰੀ ਫ੍ਰੀਜ਼ ਕਰੀ ਹੋਈ ਹੈ, ਉਹ ਮੈਂ 2-3 ਕਿਊਬਸ ਪਾ ਕੇ ਮੈਂਗੋ ਸ਼ੇਕ ਬਣਾਉਂਦੇ ਹਾਂ। ਕੁਛ ਨਾ ਠੰਡਾ ਜਿਹਾ ਦਿਲ ਕਰ ਰਿਹਾ ਸੀ, ਅੰਦਰ ਕੁਛ ਠੰਡਾ ਜਿਹਾ ਜਾਵੇ, ਅਤੇ ਅੰਦਰੋਂ ਬਹੁਤ ਜ਼ਿਆਦਾ ਖਾਲੀ ਖਾਲੀ ਜਾਂ ਬਹੁਤ ਜਲਨ ਜਿਹੀ ਫੀਲ ਹੋ ਰਹੀ ਸੀ। ਪਾਣੀ ਤਾਂ ਮੈਂ ਬਹੁਤ ਪੀ ਜਾਂਦੀ ਹਾਂ, ਪਾਣੀ ਤਾਂ ਮੈਂ 3 ਲੀਟਰ ਡੇਲੀ ਪੀਨੀ ਪੀਨੀ ਹੈ। 3 ਲੀਟਰ ਤੋਂ ਗਲਾਸ ਹੋ ਗਿਆ ਜ਼ਿਆਦਾ ਭਾਵੇਂ ਹੋਏ, ਪਰ 3 ਲੀਟਰ ਪਾਣੀ ਮੈਂ ਪੀਣਾ ਹੀ ਪੀਣਾ, ਅਤੇ ਮੈਂ ਠੰਡੀ ਚੀਜ਼ ਪੀਂਦੇ ਹਾਂ ਅੱਜ। ਅਤੇ ਉਸ ਤੋਂ ਬਾਅਦ ਮੈਂਗੋ ਸ਼ੇਕ ਪੀ ਕੇ ਫਿਰ ਮੈਂ ਜਾਂਦੀ ਕਿਚਨ ਵਿੱਚ, ਭਾਂਡੇ ਵੀ ਸਾਫ਼ ਕਰਨ ਵਾਲੇ ਪਏ ਨੇ, ਫਰਿੱਜ ਸਾਫ਼ ਕਰਨ ਵਾਲਾ ਪਿਆ, ਫਰਿੱਜ ਦੀ ਹਾਲਤ ਬੁਰੀ ਹੋਈ ਪਈ ਆ, ਫਰਿੱਜ ਦੀ ਵੀ ਸਫਾਈ ਕਰਨੀ, ਉਹ ਵੀ ਕਰਦੀ ਹਾਂ। ਅਤੇ ਸ਼ਾਮ ਦੀ ਦਾਲ ਸਬਜ਼ੀ ਦੇਖਦੇ ਹਾਂ ਫਿਰ ਕੀ ਬਣੂਗੀ, ਹੈ ਨਾ, ਉਹਦੀ ਵੀ ਸੋਚ ਵਿਚਾਰ ਕਰਨਾ ਸਬਜ਼ੀ ਦਾ ਸ਼ਾਮ ਦਾ। ਸਵੇਰ ਦਾ ਰੋਟੀ ਪਾਣੀ ਕਰਦਾ ਸ਼ਾਮ ਦਾ ਫਿਕਰ ਹੋ ਜਾਂਦਾ, ਸ਼ਾਮ ਦਾ ਕਰਦਾ ਸਵੇਰ ਦਾ ਹੋ ਜਾਂਦਾ, ਹੈ ਨਾ। ਹੋ ਸਭ ਕੁਛ ਹੀ ਆਉਂਦਾ, ਬਸ ਫਿਕਰ ਹੀ ਵੱਡਾ ਹੋ ਜਾਂਦਾ ਆਪਾਂ ਨੂੰ। ਭੈਣਾਂ ਨੂੰ ਆਦਤ ਹੀ ਹੁੰਦੀ ਹੈ ਫਿਕਰ ਕਰਨ ਦੀ, ਵੀ ਹੁਣ ਤਾਂ ਖਾ ਲਿਆ, ਸ਼ਾਮ ਨੂੰ ਕੀ ਬਣੂਗਾ, ਸ਼ਾਮ ਦਾ ਤਾਂ ਹੋ ਗਿਆ ਹੁਣ ਸਵੇਰੇ ਕੀ ਬਣੂਗਾ, ਹੈ ਨਾ। ਫਿਕਰ ਕਰਨ ਦੀ ਆਪਾਂ ਨੂੰ ਆਦਤ ਹੀ ਹੁੰਦੀ ਹੈ ਵੀ ਆਪਾਂ ਨੂੰ ਹੁਣ ਆਪਣਾ ਕੰਮ ਰੁਕੇ ਨਾ, ਵੀ ਆਪਾਂ ਨੂੰ ਪਹਿਲਾਂ ਹੀ ਪਤਾ ਹੋਵੇ ਵੀ ਕੀ ਚੀਜ਼ ਆਪਾਂ ਬਣਾਉਣੀ ਆ। ਲਓ ਜੀ ਹੁਣ ਮੈਂ ਆ ਗਈ ਸੀ ਰਸੋਈ ਵਿੱਚ ਆਪਣੇ ਕੰਮ ਕਰਦਿਆਂ ਸ਼ੁਰੂ, ਹੈ ਨਾ। ਜਿਵੇਂ ਆਪਾਂ ਕੰਮ ਸੋਚੇ ਹੁੰਦੇ ਨੇ ਵੀ ਉਹਨਤੇ ਹੁੰਦੇ ਨੇ ਵੀ ਅੱਜ ਆਪਾਂ ਆਹ ਕਰਨਾ ਆਹ ਕਰਨਾ, ਇਸ ਤਰ੍ਹਾਂ ਮੈਂ ਵੀ ਪਹਿਲਾਂ ਆਪਣਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਜੋ ਮੇਰਾ ਰੈਸਟ ਟਾਈਮ ਖਤਮ ਹੁੰਦਾ ਸੋਚ ਲੈਂਦੀ ਹੁੰਦੀ ਵੀ ਮੈਂ ਕੀ ਕਰਨਾ। ਫਿਰ ਜੇ ਆਪਾਂ ਸੋਚਿਆ ਹੋਊ ਨਾ ਦਿਮਾਗ ਵਿੱਚ ਆਪਣੇ ਕੰਮ ਹੋਣਗੇ, ਆਪਾਂ ਫਟਾਫਟ ਆਪਣੇ ਹੱਥ ਚੱਲੇ ਜਾਂਦੇ ਨੇ, ਨਹੀਂ ਤਾਂ ਖੜ੍ਹੇ ਸੋਚੀ ਚਲੋ ਹੁਣ ਕੀ ਕਰਾਂ, ਹੁਣ ਕੀ ਕਰਾਂ, ਇਹਨੂੰ ਕਿਵੇਂ ਕਰਾਂ। ਇਸ ਕਰਕੇ ਮੈਂ ਪਹਿਲਾਂ ਸੋਚ ਲੈਂਦੀ ਹੁੰਦੀ ਵੀ ਆਹ ਕੰਮ ਮੈਂ ਕਰ ਰਹੀ, ਰਸੋਈ 'ਚ ਮੈਂ ਜਾਣਾ ਅਤੇ ਮੇਰਾ ਉੱਥੇ ਖੜ੍ਹੀ ਮੈਂ ਸੋਚੀ ਵੀ ਨਾ ਜਾਵਾਂ, ਹੈ ਨਾ। ਕਦੇ ਕਈ ਵਾਰ ਹੁੰਦਾ ਆਪਾਂ ਕੰਮ ਦਾ ਆਪਾਂ ਨੂੰ ਪਤਾ ਨਹੀਂ ਹੁੰਦਾ ਆਪਾਂ ਕੀ ਕਰਨਾ, ਆਪਾਂ ਕਦੇ ਕੁਛ ਚੱਕ ਲੈਂਦੇ, ਕੁਛ ਧਰ ਦਿੰਦੇ, ਸਮਝ ਨਹੀਂ ਆਉਂਦੀ ਹੈਗੀ। ਅਤੇ ਇਸ ਕਰਕੇ ਮੈਂ ਆਪਣੇ ਕੰਮ ਵਿਉਂਤ ਰਹੀ ਸੀ, ਮੈਂ ਕਿਹਾ ਚਲੋ ਪਹਿਲਾਂ ਭਾਂਡੇ ਸਾਫ਼ ਕਰੇ, ਸ਼ਿੰਕ ਖਾਲੀ ਹੋਊਗੀ, ਕਿਉਂਕਿ ਉਸ ਤੋਂ ਬਾਅਦ ਮੈਂ ਫਰਿੱਜ ਸਾਫ਼ ਕਰਨਾ, ਫਿਰ ਮੈਂ ਫਰਿੱਜ ਦਾ ਸਮਾਨ ਕੱਢੂੰਗੀ, ਉਹ ਤੋਂ ਸ਼ਿੰਕ ਭਾਂਡਿਆਂ ਦੀ ਭਰੀ ਪਈ ਹੋਊਗੀ, ਫਿਰ ਰਸੋਈ ਮੈਨੂੰ ਬੜੀ ਭਰੀ ਭਰੀ ਲੱਗੂਗੀ। ਮੈਂ ਕਿਹਾ ਚਲੋ ਪਹਿਲਾਂ ਭਾਂਡਿਆਂ ਦਾ ਕੰਮ ਖਤਮ ਕਰਦੇ, ਧੋ ਮਾਂਜ ਕੇ ਅਤੇ ਇਹਨਾਂ ਨੂੰ ਟੋਕਰੀ ਧਰ ਦਾਂ, ਇਹ ਸੁੱਕ ਵੀ ਜਾਣਗੇ, ਫਿਰ ਉਸ ਤੋਂ ਬਾਅਦ ਮੈਂ ਇਹਨਾਂ ਨੂੰ ਟਕਾ ਦੂੰਗੀ ਅਤੇ ਫਿਰ ਕਰੂੰਗੀ ਫਰਿੱਜ ਦੀ ਸਫਾਈ ਸ਼ੁਰੂ, ਪਹਿਲਾਂ ਭਾਂਡੇ ਮਾਂਜਦੀ। ਭਾਂਡੇ ਵੀ ਐਂ ਹੁੰਦਾ ਛਿੰਕ ਭਰੀ ਆਪਾਂ ਨੂੰ ਬੁਰੀ ਲੱਗਦੀ, ਇਹ ਵੀ ਹੁਣ ਜਦੋਂ ਹੁੰਦਾ ਵੀ ਆਪਣਾ ਟਾਈਮ ਆ ਚਾਹ ਪਾਣੀ ਆਪਾਂ ਪੀ ਲਿਆ, ਚਲੋ ਹੈ ਨਾ ਸ਼ਾਮ ਦਾ ਕੰਮ ਕਰਨਾ, ਉਸ ਤੋਂ ਪਹਿਲਾਂ ਇੱਕ ਵਾਰ ਛਿੰਕ ਖਾਲੀ ਕਰ ਦਿਓ, ਉਹ ਤਾਂ ਸਾਰਾ ਦਿਨ ਹੀ ਚੱਲੀ ਜਾਂਦੇ ਨੇ ਭਾਂਡੇ। ਚਲੋ ਫਿਰ ਵੀ ਐਂ ਕਿਸੇ ਟਾਈਮ ਤਾਂ ਆਪਣਾ ਐਂ ਹੁੰਦਾ ਵੀ ਹੁਣ ਆਪਣੇ ਭਾਂਡਿਆਂ ਦਾ ਟਾਈਮ ਆ, ਹੁਣ ਤਾਂ ਭਾਂਡੇ ਤਾਂ ਸਾਰਾ ਦਿਨ ਚੱਲੀ ਜਾਂਦੇ, ਧੋ ਕੇ ਰੱਖ ਲੈਂਦੇ, ਆਹਦੇ ਨਾਲ 2-4 ਫਿਰ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਨੇ। ਹੁਣ ਮੈਂ ਜ਼ਿਆਦਾ ਭਾਂਡੇ ਮੈਂ ਤਾਂ ਇਕੱਠੇ ਕਰਦੀ ਨਹੀਂ ਹੁੰਦੀ ਵੈਸੇ, ਕਦੇ ਕੀ ਕਹਿਣਾ ਇਕੱਠੇ ਕਰ ਲਾਂ, ਨਹੀਂ ਮੈਂ ਤਾਂ ਆਦਤ ਆ ਮੇਰੀ, ਮੈਂ ਨਾਲ ਦੀ ਨਾਲ ਹੀ ਮੈਂ ਸਾਫ਼ ਕਰ ਲੈਂਦੀ ਹਾਂ ਭਾਂਡਿਆਂ ਨੂੰ। ਜਾਂ ਦੁਪਹਿਰੇ ਹੁੰਦਾ ਵੀ ਚਲੋ ਗਰਮੀ 'ਚ ਵਾਰੀ ਵਾਰੀ ਭਾਂਡਿਆਂ ਦੇ ਹੱਥ ਮਾਰਨ ਨੂੰ, ਚਲੋ ਸ਼ਾਮ ਨੂੰ ਇੱਕ ਵਾਰੀ ਇਕੱਠੇ ਕਰਕੇ ਸਾਫ਼ ਕਰ ਦੂੰਗੀ, ਨਹੀਂ ਮੈਂ ਭਾਂਡੇ ਜ਼ਿਆਦਾਤਰ ਮੈਂ ਇਕੱਠੇ ਨਹੀਂ ਕਰਦੀ, ਮੈਂ ਨਾਲ ਦੀ ਨਾਲ ਹੀ ਧੋ ਦਿੰਦੀ ਹੁੰਦੀ ਹਾਂ, ਬਹੁਤ ਘੱਟ ਹੁੰਦਾ ਜਿਸ ਦਿਨ ਮੈਂ ਇਕੱਠੇ ਕਰਕੇ ਧੋਵਾਂ। ਅਤੇ ਭਾਂਡੇ ਹੋ ਗਏ ਸਾਫ਼, ਹੁਣ ਮੈਂ ਕਰਦੀ ਹਾਂ ਫਰਿੱਜ ਦੀ ਸਫਾਈ ਸ਼ੁਰੂ। ਫਰਿੱਜ ਤੋਂ ਪਹਿਲਾਂ ਸਮਾਨ ਕੱਢੂੰਗੀ ਬਾਹਰ, ਕੁਛ 1-2 ਚੀਜ਼ਾਂ ਇਹੋ ਜਿਹੀਆਂ ਜਿਹੜੀਆਂ ਵੀ ਦਾਲ ਸਬਜ਼ੀ ਪੁਰਾਣੀ ਪਈ ਸੀ ਉਹ ਵੀ ਸੁੱਟਣ ਵਾਲੀ ਸੀ, ਕਿਤੋਂ ਭਾਂਡੇ ਮੈਂ ਖਾਲੀ ਕਰੇ ਨੇ, ਹੈ ਨਾ। ਕੁਛ ਆਪਣੀ ਚੀਜ਼ ਇਹੋ ਜਿਹੀ ਹੁੰਦੀ ਹੈ ਫਰਿੱਜ ਵਿੱਚ, ਆਪਾਂ ਕੱਢਣ ਦੀ ਫਰਿੱਜ 'ਚੋਂ ਕੌਲ ਕਰ ਲੈਣਾ, ਜਿਵੇਂ ਮੈਨੂੰ ਕੌਲ ਹੋਈ ਪਈ ਸੀ, ਕਿਤੋਂ ਭਾਂਡੇ ਕੱਢਣ ਦੀ ਉਹ ਕੱਢੂੰਗੀ। ਸਾਰਾ ਸਮਾਨ ਖਾਲੀ ਕਰਦੇ ਪਹਿਲਾਂ ਤਾਂ ਕੱਢਦੇ ਹਾਂ ਬਾਹਰ, ਇਹ ਵੀ ਟਾਈਮ ਟੂ ਟਾਈਮ ਸਫਾਈ ਜ਼ਰੂਰੀ ਹੋ ਜਾਂਦੀ ਹੈ ਫਰਿੱਜ ਦੀ, ਕਿਉਂਕਿ ਆਪਾਂ ਸਮਾਨ ਇਹਦੇ ਵਿੱਚ ਰੱਖਦੇ ਹਾਂ ਅਤੇ ਆਪਣੇ ਸਮਾਨ 'ਚੋਂ ਖਾਣ ਪੀਣ ਵਾਲੇ 'ਚੋਂ ਸਮੈਲ ਨਾ ਆਵੇ, ਹੈ ਨਾ, ਇੱਕ ਚੀਜ਼ ਦੂਜੀ ਚੀਜ਼ ਨੂੰ ਖਰਾਬ ਨਾ ਕਰੇ, ਫਿਰ ਸਫਾਈ ਜ਼ਰੂਰੀ ਹੋ ਜਾਂਦੀ ਹੈਗੀ। ਸਾਰਾ ਸਮਾਨ ਕੱਢ ਕੇ ਬਾਹਰ ਫਿਰ ਕਰਦੇ ਹਾਂ ਸਫਾਈ ਸ਼ੁਰੂ। ਫਰਿੱਜ ਬਿਨਾਂ ਤਾਂ ਐਂ ਲੱਗੂ ਵੀ ਇੱਕ ਚੀਜ਼ ਵੀ ਖਰਾਬ ਹੋ ਜੂ ਜੇ ਬਾਹਰ ਰੱਖਤੀ,
ਇੱਕ ਇੱਕ ਚੀਜ਼ ਗਰਮੀ 'ਚ ਸਪੈਸ਼ਲ ਇੱਕ ਇੱਕ ਚੀਜ਼ ਫਰਿੱਜ ਵਿੱਚ ਰੱਖਣੀ ਪੈਂਦੀ। ਸਰਦੀ ਵਿੱਚ ਚਲੋ ਫਰੂਟ ਹੋ ਗਿਆ ਆਪਣੇ, ਸੈਲਡ ਹੋ ਗਿਆ, ਸਬਜ਼ੀਆਂ ਹੋ ਗਿਆ, ਬਾਹਰ ਵੀ ਪਈਆਂ ਰਹਿੰਦੀਆਂ ਠੰਡ ਵਿੱਚ ਤਾਂ, ਪਰ ਗਰਮੀ ਵਿੱਚ ਤਾਂ ਇੱਕ ਚੀਜ਼ ਵੀ ਬਾਹਰ ਨਹੀਂ ਆਪਾਂ ਰੱਖ ਸਕਦੇ ਹੈਗੇ। ਇਹ ਵਾਲੀ ਮੈਟ ਅੱਜ ਮੈਂ ਕਰ ਰਹੀ ਹਾਂ ਵਾਸ਼, ਨਹੀਂ ਵੈਸੇ ਮੈਂ ਜਦੋਂ ਪਹਿਲਾਂ ਸਾਫ਼ ਕਰਦੀ ਹੁੰਦੀ ਮੈਂ ਕੱਪੜੇ ਨਾਲ ਹੀ ਸਾਫ਼ ਕਰ ਦਿੰਦੀ ਹੁੰਦੀ ਹਾਂ, ਪਰ ਅੱਜ ਮੈਂ ਇਹ ਧੋ ਰਹੀ ਹਾਂ, ਮੇਰਾ ਦਿਲ ਕਰਿਆ ਵੀ ਚਲ ਅੱਜ ਇਹਨਾਂ ਨੂੰ ਵਾਸ਼ ਹੀ ਕਰ ਦਿੰਦੀ ਹਾਂ ਮੈਂ। ਇਹ ਮੈਂ ਮੀਸ਼ੋ ਤੋਂ ਮੰਗਵਾਏ ਸੀ, ਮੈਟ ਸੀਗੇ ਤਿੰਨ, ਅਤੇ ਇੱਕ ਦੋ ਸੀ ਫਰਿੱਜ ਦੇ ਹੈਂਡਲ ਦੇ ਕਵਰ, ਇੱਕ ਫਰਿੱਜ ਦਾ ਟੋਪ ਵਾਲਾ ਕਵਰ, ਹੈ ਨਾ। ਅਤੇ ਇਹਨਾਂ ਦੀ ਸੈਟਿੰਗ ਬਹੁਤ ਵਧੀਆ ਆ ਗਈ, ਪਰ ਇਹ ਮੈਟ ਬਹੁਤ ਵਧੀਆ ਨਿਕਲੇ, ਹੈਂਡਲ ਵਾਲੇ ਕਵਰ ਛੇਤੀ ਫਟ ਗਏ, ਉਹ ਖਰਾਬ ਜਲਦੀ ਹੋ ਗਏ। ਅਤੇ ਉੱਪਰਲਾ ਫਰਿੱਜ ਟੋਪ ਵਾਲਾ ਕਵਰ ਵੀ ਠੀਕ ਹੈ, ਪੋਕਿਟਸ ਉਹਦੀ ਫਟ ਗਈਆਂ, ਪੋਕਿਟਸ ਵਿੱਚ ਨਹੀਂ ਕੁਛ ਪਾ ਸਕਦੇ, ਊਂ ਕਵਰ ਠੀਕ ਚੱਲ ਰਿਹਾ ਹੈਗਾ। ਅਤੇ ਇਹ ਮੈਟ ਬਹੁਤ ਵਧੀਆ ਨਿਕਲੇ ਨੇ, ਜਿਵੇਂ 2 ਸਾਲ ਹੋ ਗਏ ਮੰਗਾਏ ਨੂੰ ਇਹਨਾਂ ਨੂੰ, ਅਤੇ 2 ਸਾਲਾਂ ਤੋਂ ਮੈਂ ਯੂਜ਼ ਕਰ ਰਹੀ ਹਾਂ, ਬਹੁਤ ਵਧੀਆ ਨਿਕਲੇ ਨੇ। ਬਾਹਰ ਵਾਲੇ ਫਰਿੱਜ ਲਈ ਵੀ ਮੈਂ ਸੋਚ ਰਹੀ ਸੀ ਮੰਗਵਾਉਣ ਲਈ, ਪਰ ਉਹ ਫਰਿੱਜ ਵਿੱਚ ਮੈਂ ਜਿਗਾੜ ਕਰਿਆ ਹੋਇਆ, ਬਾਹਰਲੀ ਜਿਹੜੀ ਕਿਚਨ 'ਚ ਫਰਿੱਜ ਪਿਆ ਉਹਦੇ ਵਿੱਚ ਮੈਂ ਜਿਹੜੇ ਆਪਣੇ ਕੱਪੜਿਆਂ ਵਾਲੇ ਕਹਿ ਲਓ ਸੂਟਾਂ ਵਾਲੇ ਲਿਫਾਫੇ ਹੁੰਦੇ ਥੋੜ੍ਹੇ ਵੱਡੇ ਸਾਈਜ਼ ਵਿੱਚ ਕਰੜੇ ਜਿਹੇ ਮੋਟੇ ਜੀ, ਉੱਧਰ ਮੈਂ ਸ਼ੈਲਫ 'ਤੇ ਲਿਫਾਫੇ ਲਗਾ ਦਿਓ, ਟਰਾਂਸਪੇਰੈਂਟ ਜੋ ਲਗਾਏ ਹੋਏ ਨੇ ਉਹ ਮੇਰਾ ਉੱਧਰ ਉਹਦੇ ਨਾਲ ਕੰਮ ਚੱਲੀ ਜਾਂਦਾ, ਕਿਉਂਕਿ ਉਹ ਫਰਿੱਜ ਅਸੀਂ ਡੇਲੀ ਰੂਟੀਨ 'ਚ ਯੂਜ਼ 'ਚ ਨਹੀਂ ਆਉਂਦਾ। ਬਸ ਇਹ ਹੁੰਦਾ ਕੋਈ ਚੀਜ਼ ਆਪਾਂ ਧਰਿਆ, ਕੋਈ ਚੀਜ਼ ਆਪਾਂ ਚੱਕ ਲਏ, ਹੈ ਨਾ, ਅਤੇ ਉਵੇਂ ਠੀਕ ਚੱਲੀ ਜਾਂਦਾ ਗਾ। ਪਰ ਹਾਂ ਥੋੜ੍ਹੇ ਜਿਹੇ ਇਕੱਠੇ ਜ਼ਰੂਰ ਹੋ ਜਾਂਦਾ, ਆਪਾਂ ਜ਼ਿਆਦਾ ਹੈਵੀ ਚੀਜ਼ ਜੋ ਆਪਾਂ ਰੱਖਦੇ ਹਾਂ ਨਾ ਚੱਕਦੇ ਹਾਂ ਤਾਂ ਉਦੋਂ ਇਕੱਠੇ ਜ਼ਰੂਰ ਹੋ ਜਾਂਦੇ, ਲਿਫਾਫੇ ਵਾਲੇ ਲੰਬੇ ਟਾਈਮ ਲਈ ਨਹੀਂ ਆਪਾਂ ਉਹਨੂੰ ਚਲਾ ਸਕਦੇ। ਅਤੇ ਫਰਿੱਜ ਅੰਦਰੋਂ ਇਹਦੀ ਸ਼ੈਲਫ ਕਰ ਦਿੰਦੇ ਸਾਫ਼ ਕੱਪੜੇ ਨਾਲ, ਪਹਿਲਾਂ ਮੈਂ ਗਿੱਲਾ ਕੱਪੜਾ ਮਾਰ ਰਹੀ ਹਾਂ, ਫਿਰ ਮੈਂ ਸੁੱਕਾ ਮਾਰ ਰਹੀ ਹਾਂ ਨਾ, ਤਾਂ ਕਿ ਪਾਣੀ ਵੀ ਨਾਲ ਦੀ ਨਾਲ ਸਾਫ਼ ਹੋ ਜਾਵੇ, ਸ਼ੈਲਫ ਸੁੱਕ ਜਾਣ। ਬਸ ਇਹ ਮੇਰਾ ਰੂਟੀਨ ਹੁੰਦਾ। ਦੀਵਾਲੀ ਵੇਲੇ ਮੈਂ ਡੀਪ ਕਲੀਨ ਕਰੂੰਗੀ, ਅਤੇ ਬਹੁਤ ਜ਼ਿਆਦਾ ਡੀਪ ਕਲੀਨਿੰਗ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ, ਕਿਉਂਕਿ ਨਾਲ ਦੀ ਨਾਲ ਆਪਾਂ ਜੋ ਸਫਾਈ ਕਰਦੇ ਰਹਿੰਦੇ, ਫਿਰ ਡੀਪ ਕਲੀਨਿੰਗ ਦੀ ਇੰਨੀ ਜ਼ਿਆਦਾ ਲੋੜ ਨਹੀਂ ਪੈਂਦੀ। ਦੀਵਾਲੀ ਵਾਲੀ ਇੱਕ ਟਾਈਮ ਮੈਂ ਸਾਲ 'ਚ ਡੀਪ ਕਲੀਨ ਕਰਦੀ ਹੁੰਦੀ ਹਾਂ ਫਰਿੱਜ, ਕਿਉਂਕਿ ਜਿੰਨੀ ਕੁ ਲੋੜ ਹੁੰਦੀ ਮੈਂ ਨਾਲ ਦੀ ਨਾਲ ਸਾਫ਼ ਕਰ ਦਿੰਦੀ। ਕੋਈ ਚੀਜ਼ ਡੁੱਲੇ ਕਿਤੋਂ ਗੰਦਾ ਹੋਵੇ ਆਪਾਂ ਨਾਲ ਦੀ ਨਾਲ ਸਾਫ਼ ਕਰ ਦਿੰਦੇ ਹਾਂ, ਜੇ ਆਪਾਂ ਸਾਫ਼ ਕਰਾਂਗੇ ਹੀ ਨਹੀਂ, ਹੈ ਨਾ, ਧਿਆਨ ਹੀ ਨਹੀਂ ਦੇਵਾਂਗੇ, ਫਿਰ ਉਹ ਚੀਜ਼ ਨੂੰ ਡੀਪ ਕਲੀਨਿੰਗ ਦੀ ਜ਼ਿਆਦਾ ਜ਼ਰੂਰਤ ਪੈਂਦੀ ਹੈ। ਫਰਿੱਜ ਕਾਫ਼ੀ ਜ਼ਿਆਦਾ ਨਾ ਅੰਦਰੋਂ ਗੰਦਾ ਹੋਇਆ ਪਿਆ ਸੀਗਾ, ਹਫ਼ਤਾ ਕਿ ਉੱਪਰ ਲੰਘਿਆ ਹੋਊਗਾ, ਬਸ ਮੈਂ ਹਫ਼ਤੇ ਸੋਚ ਰਹੀ ਸਾਫ਼ ਕਰਾਂ ਸਾਫ਼ ਕਰਾਂ, ਬਸ ਇੰਨੀ 'ਚ ਬੁਰਾ ਹਾਲ ਹੋ ਗਿਆ ਫਰਿੱਜ ਦਾ। ਗਿੱਲਾ ਕੱਪੜਾ ਮਾਰ ਕੇ ਸਾਰੇ ਫਰਿੱਜ ਵਿੱਚ ਫਿਰ ਮੈਂ ਸੁੱਕਾ ਕੱਪੜਾ ਮਾਰਤਾ, ਅਤੇ ਹੁਣ ਫਰਿੱਜ ਦੇਖੋ ਬਿਲਕੁਲ ਹੋ ਗਿਆ ਸਾਫ਼, ਮੈਂ ਸਮਾਨ ਵੀ ਰੱਖ ਦਿੰਦੇ ਵਿੱਚ। ਸਾਫ਼ ਕਰਨ ਤੋਂ ਬਾਅਦ ਤਾਂ ਇੰਨਾ ਵਧੀਆ ਲੱਗਦਾ ਨਾ, ਫਿਰ ਤਾਂ ਐਂ ਲੱਗੋ ਵੀ ਹੁਣ ਨਹੀਂ ਮੇਰੇ ਵਿੱਚ ਉਹ ਕਰਨਾ ਹੈਗਾ ਕੋਈ ਵੀ ਐਕਸਟਰਾ ਚੀਜ਼ ਰੱਖਣੀ ਜਾਂ ਟਾਈਮ ਟੂ ਟਾਈਮ ਸਾਫ਼ ਕਰਨਾ, ਪਰ ਹੌਲੀ ਹੌਲੀ ਫਿਰ ਦੇਖੋ ਚੀਜ਼ਾਂ ਦੀ ਸੈਟਿੰਗ ਆ ਜਿਹੜੀ ਖਰਾਬ ਹੋ ਜਾਂਦੀ ਹੈ ਜਿਵੇਂ ਜਿਵੇਂ ਆਪਾਂ ਯੂਜ਼ ਕਰਦੇ ਹਾਂ। ਡੋਰ ਵੀ ਫਰਿੱਜ ਦਾ ਮੈਂ ਸਾਫ਼ ਕਰਤਾ, ਆਹ ਵਾਲੇ ਬਾਸਕਿਟਸ ਕੱਢ ਕੇ ਮੈਂ ਵਾਸ਼ ਕਰਤੀਆਂ ਸੀਗੀਆਂ। ਵਿੰਡੋ ਵਿੱਚ ਵੀ ਬਹੁਤ ਸਾਰਾ ਨਿੱਕਾ ਮੋਟਾ ਸਮਾਨ ਕਾਫ਼ੀ ਸਾਰਾ ਹੋ ਜਾਂਦਾ, ਕੋਈ ਡਰਾਈ ਫਰੂਟ ਆ, ਕੋਈ ਲਸਣ ਆ, ਪਾਣੀ ਵਾਲੇ ਬੋਟਲਸ ਹੋ ਗਈਆਂ, ਸੌਸ ਵਾਲੇ ਬੋਟਲਸ ਹੋ ਗਈਆਂ, ਕਾਫ਼ੀ ਕੁਛ ਹੋ ਜਾਂਦਾ ਫਰਿੱਜ ਵਿੱਚ। ਸੋ ਫਾਈਨਲੀ ਫਰਿੱਜ ਹੋ ਗਿਆ ਬਿਲਕੁਲ ਸਾਫ਼। ਅਤੇ ਹੁਣ ਅਸੀਂ ਸ਼ਾਮ ਦਾ ਟਾਈਮ ਇੱਧਰ ਬਣ ਰਹੀ ਸੀ ਮੇਰੀ ਖਿਚੜੀ, ਖਿਚੜੀ ਬਣ ਗਈ, ਬਸ ਮੈਂ ਢੱਕਣ ਬੰਦ ਕਰਾਂ, ਤੜਕਾ ਲਗਾ ਤਾ, ਵਿੱਚ ਮੈਂ ਸਾਰਾ ਕੁਛ ਪਾਤਾ, ਓਟਸ, ਮੂੰਗੀ ਦਾਲ, ਚਾਵਲ, ਮਟਰ, ਸੋਆ ਚੰਕਸ, ਜੋ ਵੀ ਮੈਂ ਬਣਾਉਂਦੀ ਹੁੰਦੀ ਹਾਂ। ਅਤੇ ਇੱਧਰ ਹੋ ਰਿਹਾ ਦੁੱਧ ਗਰਮ, ਅੱਜ ਦੁੱਧ ਥੋੜ੍ਹਾ ਐਕਸਟਰਾ ਹੀ ਆਇਆ ਸੀ, 2 ਭਾਂਡੇ ਵਿੱਚ ਪਾ ਕੇ ਗਰਮ ਕੀਤਾ। ਅਤੇ ਖਿਚੜੀ ਵਾਲਾ ਕੁੱਕਰ ਕਰ ਦੇਣਾ ਬੰਦ, ਖਿਚੜੀ ਬਣਾ ਕੇ ਗੈਸ ਬੰਦ ਕਰਕੇ ਫਿਰ ਮੈਂ ਜਾਊਂਗੀ ਬਾਹਰ ਵਾਕ ਕਰਨ। ਔਰ ਇੱਕ ਭੈਣ ਦਾ ਕਮੈਂਟ ਆਇਆ ਕਿ ਤੁਸੀਂ ਸ਼ਿੰਕ ਦੇ ਨੀਚੇ ਵਾਲਾ ਏਰੀਆ, ਅੰਡਰ ਸ਼ਿੰਕ ਏਰੀਆ ਤੁਸੀਂ ਕਦੇ ਵੀਡੀਓ ਵਿੱਚ ਦਿਖਾਇਆ ਨਹੀਂ, ਕਿਚਨ ਟੂਰ ਵਾਲੀ ਵੀਡੀਓ 'ਚ ਵੀ ਤੁਸੀਂ ਦਿਖਾਇਆ ਨਹੀਂ, ਉਹ ਦਿਖਾਓ। ਦੇਖਣ ਨੂੰ ਇੱਥੇ ਕੁਛ ਨਹੀਂ ਹੈਗਾ, ਤਾਂ ਹੀ ਮੈਂ ਦਿਖਾਇਆ ਨਹੀਂ ਹੈਗਾ, ਕੁਛ ਹੈ ਹੀ ਨਹੀਂ ਅੰਦਰੋਂ ਖਾਲੀ ਆ। ਦੇਖੋ ਇਹ ਸਾਈਡਸ 'ਤੇ ਸਾਰੀਆਂ ਅਸੀਂ ਟਾਈਲਸ ਲਗਵਾਈਆਂ ਹੋਈਆਂ ਨੇ ਤਾਂ ਕਿ ਈਜ਼ੀਲੀ ਆਪਾਂ ਇਹਨੂੰ ਵਾਸ਼ ਕਰ ਸਕੀਏ, ਹੈ ਨਾ, ਚਾਹੇ ਗਿੱਲਾ ਕੱਪੜਾ ਮਾਰੋ ਚਾਹੇ ਵਾਸ਼ ਕਰੋ ਪਾਣੀ ਨਾਲ। ਸਾਰੀਆਂ ਨੀਚੇ ਬੇਸ 'ਤੇ ਵੀ ਅਤੇ ਸਾਈਡਸ 'ਤੇ ਵੀ ਟਾਈਲਸ ਲਗਾਈਆਂ ਹੋਈਆਂ ਨੇ, ਇਹਦੇ ਵਿੱਚ ਕੁਛ ਨਹੀਂ ਰੱਖਿਆ ਸੀ ਕਿਉਂਕਿ ਸ਼ਿੰਕ ਕਾਫ਼ੀ ਡੂੰਘੇ ਨੇ, ਕਾਫ਼ੀ ਜ਼ਿਆਦਾ ਨੀਚੇ ਘੱਟ ਜਗ੍ਹਾ ਰਹਿ ਜਾਂਦੀ ਹੈ ਇਹ,
ਅਤੇ ਡੋਰਸ 'ਤੇ ਮੈਂ ਜ਼ਰੂਰ ਰੱਖਿਆ ਹੋਇਆ ਅਤੇ ਬਾਸਕਿਟ ਲਗਾਈ, ਇਹਦੇ ਵਿੱਚ ਰੱਖਿਆ ਹੋਇਆ ਪਤੰਜਲੀ ਪਾਊਡਰ ਪਿੱਤਲ ਦੇ ਭਾਂਡੇ ਸਾਫ਼ ਕਰਨ ਵਾਸਤੇ, ਇਹਦੇ ਵਿੱਚ ਰੱਖਿਆ ਸਰਫ਼, ਇੱਕ ਮੈਂ ਬ੍ਰੱਸ਼ ਰੱਖਿਆ, ਇੱਕ ਮੈਂ ਥੋੜ੍ਹਾ ਜਿਹਾ ਰੋੜਾ ਰੱਖਿਆ ਹੋਇਆ ਤਵਾ ਸਾਫ਼ ਕਰਨ ਵਾਸਤੇ। ਇੱਧਰ ਮੈਂ ਇੱਕ ਰਿਫਾਇੰਡ ਓਇਲ ਵਾਲਾ ਕੈਨ ਖਾਲੀ ਕਰਕੇ ਕੱਟ ਕੇ ਲਗਾਇਆ, ਉਹਦੇ ਵਿੱਚ ਬੋਟਲ ਵਾਲੇ ਬ੍ਰੱਸ਼ ਅਤੇ ਇੱਕ ਸ਼ਿੰਕ ਸਾਫ਼ ਕਰਨ ਵਾਲਾ ਬ੍ਰੱਸ਼ ਰੱਖਿਆ ਹੋਇਆ। ਬਸ ਡੋਰ 'ਤੇ ਮੈਂ ਜ਼ਰੂਰ ਫਾਇਦਾ ਚੱਕਿਆ ਹੋਇਆ ਸਮਾਨ ਰੱਖ ਕੇ, ਅਤੇ ਨੀਚੇ ਕੁਛ ਨਹੀਂ, ਨੀਚੇ ਖਾਲੀ ਆ ਬਸ। ਇਹਨੂੰ ਆਪਾਂ ਅੱਛੀ ਤਰ੍ਹਾਂ ਧੋ ਵੀ ਸਕਦੇ ਹਾਂ, ਹੈਲਪਰ ਪੋਚਾ ਵੀ ਲਗਾ ਦਿੰਦੀ ਹੈ, ਫਿਰ ਮੈਂ ਕਦੇ ਕਦੇ ਇਹਨੂੰ ਫਰਨੈਲ ਵਾਲੇ ਪਾਣੀ ਨਾਲ ਧੋ ਵੀ ਦਿੰਦੀ ਹਾਂ ਤਾਂ ਕਿ ਸਮੈਲ ਨਾ ਆਵੇ। ਸਫਾਈ ਰੱਖਣੀ ਫਿਰ ਜ਼ਰੂਰੀ ਹੋ ਜਾਂਦੀ ਹੈ ਇਹ ਏਰੀਏ ਦੀ। ਟਾਈਮ ਹੋ ਗਿਆ 6:45 ਦਾ, ਮੈਂ ਹੁਣ ਇਹ ਬਾਹਰ ਵੋਕ ਕਰਨਾ, ਅਮਰੂਦ ਤੋੜੇ ਨੇ ਪਹਿਲਾਂ ਤਾਂ ਅਮਰੂਦ ਖਾਂਦੇ, ਅਮਰੂਦ ਖਾ ਕੇ ਫਿਰ ਸ਼ੁਰੂ ਕਰਦੀ ਹਾਂ ਵੋਕ, ਥੋੜ੍ਹੀ ਜਿਹੀ ਐਨਰਜੀ ਵੀ ਆਜੂ, ਫਰੂਟ ਵੀ ਖਾਧਿਆ ਦਾ ਬਹਾਨਾ ਹੈ ਨਾ, ਫਰੈਸ਼ ਤੋੜ ਕੇ ਖਾਣ ਦਾ ਬੜਾ ਮਜ਼ਾ ਹੁੰਦਾ, ਅੰਦਰ ਲੈ ਜਾਂਦੇ ਤੋੜ ਕੇ, ਉਹ ਮੈਨੂੰ ਖਾਣਾ ਵਧੀਆ ਨਹੀਂ ਲੱਗਦਾ, ਮੈਨੂੰ ਤਾਂ ਐਂ ਤੋੜ ਕੇ ਖਾਓ ਨਾਲ ਦੀ ਨਾਲ, ਅਤੇ ਵਧੀਆ ਲੱਗਦਾ। ਮਿੱਠੇ ਬਹੁਤ ਨੇ ਅਮਰੂਦ, ਆਹ ਵਾਲੇ ਪੇੜ ਦੇ ਬਹੁਤ ਮਿੱਠੇ ਨੇ, ਖਿਚੜੀ ਮੈਂ ਬਣਾਈ ਅੰਦਰ ਲਾ ਕੇ, ਫਿਰ ਜਦੋਂ ਸੈਰ ਕਰਕੇ ਜਾਊਂਗੀ ਮੈਂ ਜਲਦੀ ਡਿਨਰ ਆਪਦਾ ਕਰ ਲੂੰਗੀ, ਪਾਈ ਨਾ ਫਿਰ ਸੈੱਟ ਜਿਹੀ ਹੋ ਜਾਂਦੀ ਹੈਗੀ। ਨਹੀਂ ਸੁਰਤ ਕੁੱਕਰ ਖੋਲ੍ਹ ਕੇ ਖਾਓ, ਉਹ ਜ਼ਿਆਦਾ ਪਤਲੀ ਹੀ ਹੁੰਦੀ ਆ, ਥੋੜ੍ਹਾ ਉਹਨੂੰ ਸੈੱਟ ਹੋਣ ਦੇਵਾਂਗੇ, ਬਣਾ ਕੇ ਰੱਖ ਦਾਂਗੇ, ਪਈ ਠੀਕ ਹੋਈ ਟੈਕਸਚਰ ਉਹਦਾ ਵਧੀਆ ਹੋ ਜਾਂਦਾ। ਹੁਣ ਕਰਦੇ ਹਾਂ ਵੋਕ, ਥੋੜ੍ਹੀ ਹਵਾ ਵੀ ਲੱਗ ਰਹੀ, ਹੁਣ ਪਹਿਲਾਂ ਤਾਂ ਹਵਾ ਹੈ ਨਹੀਂ ਸੀ, ਹੁਣ ਹਵਾ ਚੱਲ ਰਹੀ ਆ। ਵੋਕ ਕਰਨ ਤੋਂ ਬਾਅਦ ਹੁਣ ਦੇ ਰਹੀ ਸੀ ਪਲਾਂਟਸ ਨੂੰ ਪਾਣੀ, ਪਾਣੀ ਵੀ ਡੇਲੀ ਦੇਣਾ ਹੁੰਦਾ ਪਲਾਂਟਸ ਨੂੰ ਨਾ, ਇੱਕ ਦਿਨ ਦੋ ਬਹੁਤ ਜ਼ਿਆਦਾ ਸੁੱਕ ਜਾਂਦੇ ਨੇ, ਫਿਰ ਅਗਲੇ ਦਿਨ ਤਾਂ ਮੈਨੂੰ ਐਂ ਲੱਗਦਾ ਮੈਨੂੰ ਤਾਂ ਸ਼ਰਾਫ ਲੈ ਰਹੀ ਹਾਂ ਵੀ ਮੈਂ ਘਰ ਲਿਆ ਕੇ ਇਹਨਾਂ ਨੂੰ ਟਾਈਮ 'ਤੇ ਪਾਣੀ ਵੀ ਨਹੀਂ ਦੇ ਪਾ ਰਹੀ, ਦੋ ਦਿਨਾਂ ਤਾਂ ਕਾਫੀ ਜ਼ਿਆਦਾ ਸੁੱਕ ਜਾਂਦੇ ਨੇ, ਥੋੜ੍ਹਾ ਥੋੜ੍ਹਾ ਪਾਣੀ ਰੋਜ਼ ਦਿੰਦੇ ਰਹੋ ਤਾਂ ਠੀਕ ਰਹਿੰਦਾ। ਅੱਜ ਕਾਫੀ ਜ਼ਿਆਦਾ ਡਰਾਈ ਹੋਏ ਪਏ ਸੀਗੇ ਅਤੇ ਮੈਂ ਅੱਜ ਥੋੜ੍ਹਾ ਜਿਹਾ ਵੱਧ ਪਾਣੀ ਪਾ ਤਾ, ਜੇ ਡੇਲੀ ਦੇਵਾਂ ਤਾਂ ਥੋੜ੍ਹਾ ਪਾਣੀ ਫਿਰ ਘੱਟ ਨਾਲ ਵੀ ਸਰ ਜਾਂਦਾ, ਜੇ ਇੱਕ ਦਿਨ ਪਾਣੀ ਨਾ ਦਿੱਤਾ ਜਾਵੇ ਫਿਰ ਅਗਲੇ ਦਿਨ ਥੋੜ੍ਹਾ ਪਾਣੀ ਜ਼ਿਆਦਾ ਦੇਣਾ ਪੈਂਦਾ ਨਾ। ਇਹ ਵੀ ਮੇਰਾ ਡੇਲੀ ਰੂਟੀਨ 'ਚ ਕੰਮ ਆ ਜਾਂਦਾ, ਬਹੁਤ ਵਧੀਆ ਲੱਗਦਾ ਮੈਨੂੰ ਪਲਾਂਟਸ ਕੋਲ ਆਉਣਾ, ਇਹਨਾਂ ਨੂੰ ਪਾਣੀ ਦੇਣਾ, ਇਹਨਾਂ ਦੀ ਗਰੋਥ ਦੇਖਣੀ, ਜਿਵੇਂ ਹੁਣ ਤਾਂ ਚਲੋ ਗਰਮੀ 'ਚ ਇੰਨੀ ਜ਼ਿਆਦਾ ਗਰਮੀ 'ਚ ਹੁਣ ਤਾਂ ਕੋਈ ਗਰੋਥ ਹੈ ਹੀ ਨਹੀਂ ਇਹਨਾਂ ਦੀ, ਅਤੇ ਜੇ ਮੌਸਮ ਠੀਕ ਹੋਊਗਾ ਫਿਰ ਵਧੀਆ ਗਰੋਥ ਹੋਏ, ਨਹੀਂ ਜ਼ਿਆਦਾ ਗਰਮੀ 'ਚ ਕੋਈ ਗਰੋਥ ਨਹੀਂ, ਇੱਕ ਸਾਡੇ ਘਰ ਬਸ ਛਾਂ ਘੱਟ ਹੀ ਆ ਬਾਹਰ, ਧੁੱਪ ਹੀ ਧੁੱਪ ਹੁੰਦੀ ਆ ਚਾਰੇ ਪਾਸੇ, ਇਸ ਕਰਕੇ ਵੀ ਪਲਾਂਟਸ ਬਹੁਤ ਜ਼ਿਆਦਾ ਅੱਜ ਕੱਲ੍ਹ ਗਰੋਥ ਨਹੀਂ ਕਰਦੇ ਹੈਗੇ। ਸੋ ਪਲਾਂਟ ਨੂੰ ਪਾਣੀ ਪਾ ਕੇ ਮੈਂ ਫਿਰ ਹੀ ਅੰਦਰ ਜਾਊਂਗੀ, ਜੇ ਮੈਂ ਇੱਕ ਵਾਰ ਸੈਰ ਕਰਕੇ ਅੰਦਰ ਚਲ ਜਾਣਾ ਫਿਰ ਦੁਬਾਰੇ ਬਾਹਰ ਆਉਣਾ ਮੁਸ਼ਕਲ ਹੋ ਜਾਂਦਾ, ਕਿਉਂਕਿ ਅੰਦਰ ਰੋਣਾ ਆਵੇ ਚੁੱਪ ਕਰਕੇ ਅੰਦਰ ਵੜ ਕੇ ਰੋ ਲਓ, ਮੈਂ ਤਾਂ ਕਹਿੰਦੀ ਹਾਂ ਨਹੀਂ ਰੋਵਾਂਗੇ, ਨਹੀਂ ਆਪਦਾ ਗਵਾਰ ਜਿਹੜਾ ਮਨ ਦਾ ਬਾਹਰ ਕੱਢਾਂਗੇ ਤਾਂ ਬਿਮਾਰ ਹੋ ਜਾਵਾਂਗੇ, ਪਰਮਾਤਮਾ ਨਾਲ ਗੱਲਾਂ ਕਰ ਲਓ, ਬਹਿ ਕੇ ਗੁਰਦੁਆਰੇ ਚਲ ਜਾਓ ਹੈ ਨਾ, ਉੱਥੇ ਬਹਿ ਕੇ ਮਨ ਭਰਦਾ ਰੋ ਲਓ, ਬਹਿ ਕੇ ਮਨ 'ਚ ਗੱਲਾਂ ਕਰ ਲਓ, ਬਾਬਾ ਜੀ ਦੀ ਫੋਟੋ ਅੱਗੇ ਬਹਿ ਕੇ ਤੁਸੀਂ ਰੋ ਲਓ, ਗੱਲਾਂ ਕਰ ਲਓ ਪਰਮਾਤਮਾ ਅੱਗੇ, ਆਪਦਾ ਦੁੱਖ ਸੁਣਾ ਦਿਓ, ਲੋਕਾਂ ਨੂੰ ਸੁਣਾਉਣ ਨਾਲੋਂ, ਕਿਸੇ ਨੂੰ ਸੁਣਾਉਣ ਨਾਲੋਂ, ਵੀ ਇਹ ਆਪਾਂ ਕਈ ਵਾਰ ਕਿਸੇ 'ਤੇ ਯਕੀਨ ਕਰ ਲੈਂਦੇ ਵੀ ਇਹ ਮੇਰਾ, ਪਰ ਕੋਈ ਆਪਦਾ ਨਹੀਂ ਹੁੰਦਾ ਹੈਗਾ, ਇਸ ਕਰਕੇ ਮੈਂ ਤਾਂ ਕਹਿੰਦੀ ਹਾਂ ਵੀ ਪਰਮਾਤਮਾ ਅੱਗੇ ਆਪਦੇ ਦੁੱਖ ਫਰੋ ਲਓ, ਉੱਥੇ ਤੁਹਾਡੇ ਮਨ ਨੂੰ ਸ਼ਾਂਤੀ ਵੀ ਮਿਲੂਗੀ, ਸਕੂਨ ਵੀ ਮਿਲੂਗਾ, ਅਤੇ ਪਰਮਾਤਮਾ ਤੁਹਾਡੀ ਸੁਣੂਗਾ ਵੀ, ਪਰਮਾਤਮਾ ਅੱਗੇ ਆਪਦੇ ਦੁੱਖੜੇ ਰੋ ਲਓ, ਤੁਹਾਡਾ ਮਨ ਭਰਦਾ ਆਪਦਾ ਮਨ ਪਰਮਾਤਮਾ ਅੱਗੇ ਹੌਲਾ ਕਰ ਲਓ। ਮੈਂ ਵੀ ਸੈਰ ਕਰਦੀ ਕਰਦੀ ਬਹੁਤ ਰੋਈ, ਅੱਜ ਬਹੁਤ ਮਨ ਮੇਰਾ ਬਹੁਤ ਮਨ ਭਰ ਰਿਹਾ ਸੀ ਅੱਜ ਮੇਰਾ, ਮੈਂ ਸੈਰ ਕਰੀਗੀ ਨਾਲ ਮੈਂ ਵਾਹਿਗੁਰੂ ਨਾਲ ਪਰਮਾਤਮਾ ਨਾਲ ਮੈਂ ਗੱਲਾਂ ਕਰੀਗੀ, ਮੈਂ ਸਾਰੇ ਆਪਦੇ ਮਨ 'ਚ ਜਿੰਨੀਆਂ ਮੇਰੀ ਗੱਲਾਂ ਸੀ ਮੈਂ ਪਰਮਾਤਮਾ ਨੂੰ ਦੱਸੀਆਂ, ਉਹਦੇ ਨਾਲ ਮੈਂ ਗੱਲਾਂ ਕੀਤੀਆਂ, ਰੋਈ ਵੀ ਬਹੁਤ, ਮੈਂ ਮਨ ਹੌਲਾ ਕਰ ਲਿਆ ਆਪਦਾ ਰੋ ਕੇ। ਕਹਿੰਦੇ ਨੇ ਕਿ ਤੁਸੀਂ ਬੰਦ ਕਿਤਾਬ ਬਣ ਜਾਓ, ਆਪਦੇ ਦੁੱਖ ਕਿਸੇ ਨੂੰ ਨਾ ਦੱਸੋ, ਕਿਤਾਬ ਵੀ ਜੇ ਬੰਦ ਪਈ ਰਹੂ ਆਪਾਂ ਉਹਨੂੰ ਖੋਲ੍ਹਾਂਗੇ ਨਹੀਂ, ਉਹ ਵੀ ਵਿੱਚੋਂ ਉਹਦੇ ਕਾਗਜ਼ ਵੀ ਖਰਾਬ ਹੋਣ ਲੱਗ ਜਾਂਦੇ ਨੇ। ਇਸੇ ਤਰ੍ਹਾਂ ਜੇ ਆਪਾਂ ਆਪਣੇ ਮਨ ਨੂੰ ਖੋਲ੍ਹਾਂਗੇ ਨਹੀਂ ਕਿਸੇ ਨਾਲ, ਆਪਾਂ ਮਨ ਦੀਆਂ ਫੀਲਿੰਗਸ, ਮਨ ਦੀਆਂ ਭਾਵਨਾਵਾਂ, ਆਪਣੇ ਦੁੱਖ ਸੁੱਖ ਕਿਸੇ ਨਾਲ ਸ਼ੇਅਰ ਹੀ ਨਹੀਂ ਕਰਾਂਗੇ, ਆਪਾਂ ਵੀ ਬਿਮਾਰ ਹੋ ਜਾਵਾਂਗੇ, ਆਪਾਂ ਨੂੰ ਵੀ ਅੰਦਰ ਅੰਦਰ ਬਹੁਤ ਬਿਮਾਰੀਆਂ ਲੱਗਣਗੀਆਂ।
ਇਸ ਕਰਕੇ ਆਪਦਾ ਮਨ ਪਰਮਾਤਮਾ ਅੱਗੇ ਹੌਲਾ ਕਰ ਲਓ। ਅੱਜ ਕੱਲ੍ਹ ਟਾਈਮ ਹੀ ਇਹ ਜਾ ਰਿਹਾ, ਕੋਈ ਆਪਣਾ ਨਹੀਂ ਹੈਗਾ, ਕਿਹਨੂੰ ਮਰਜ਼ੀ ਤੁਸੀਂ ਆਪਣਾ ਸਮਝ ਲਓ, ਕੋਈ ਨਹੀਂ ਆਪਦਾ ਬਣਦਾ ਹੈਗਾ। ਬਸ ਮੈਂ ਤਾਂ ਕਹਿੰਦੀ ਪਰਮਾਤਮਾ ਹੀ ਆਪਦਾ, ਬਸ ਉਸੇ ਨੂੰ ਦੁੱਖ ਸੁੱਖ ਸੁਣਾਓ, ਉਸੇ ਕੋਲ ਜਾ ਕੇ ਰੋ ਲਓ, ਕਿਸੇ ਇਨਸਾਨ ਕੋਲ ਨਾ ਰੋ। ਉਹ ਤੁਹਾਡਾ ਮਜ਼ਾਕ ਉਡਾਉਂਦੇ ਨੇ, ਤੁਹਾਡੇ ਦੁੱਖ ਦਾ ਫਾਇਦਾ ਚੱਕਦੇ ਨੇ, ਅਗਲਾ ਅੱਗੇ ਹੋਰ ਵਧਾ ਚੜ੍ਹਾ ਕੇ ਗੱਲ ਕਰਦਾ, ਪਰ ਉਹਨਾਂ ਨੇ ਤੁਹਾਡੀ ਔਖ ਨਹੀਂ ਸਮਝਣੀ ਹੈਗੀ। ਉਹਨਾਂ ਨੇ ਅਸੀਂ ਕਹਿਣਾ ਵੀ ਇਹ ਡਰਾਮੇ ਕਰਦੇ ਹਾਂ, ਹੈ ਨਾ। ਇਸ ਲਈ ਪਰਮਾਤਮਾ ਨੇ ਇੱਦਾਂ ਦੀ ਕੋਈ ਗੱਲ ਨਹੀਂ ਤੁਹਾਡੀ ਕਰਨੀ ਹੈਗੀ, ਉੱਥੇ ਤੁਹਾਡੇ ਮਨ ਨੂੰ ਸ਼ਾਂਤੀ ਸਕੂਨ ਮਿਲੂਗਾ, ਉਹਦੇ ਕੋਲ ਜਾ ਕੇ ਗੱਲਾਂ ਕਰੋ। ਸੋ ਹੁਣ ਮੈਂ ਕਰਦੀ ਆਪਣਾ ਡਿਨਰ, ਖਿਚੜੀ ਬਣੀ ਪਈ ਆ, ਖਿਚੜੀ ਖਾਂਦੀ ਹਾਂ ਦਹੀਂ ਨਾਲ। ਪਹਿਲੀ ਬਣਾ ਕੇ ਰੱਖਦੀ ਸੀ ਵਾਕ ਕਰਨ ਤੋਂ ਪਹਿਲਾਂ ਖਿਚੜੀ, ਅਤੇ ਖਿਚੜੀ ਖਾਂਦੇ ਹਾਂ। ਸੋ ਇਹ ਸੀ ਮੇਰਾ ਡਿਨਰ ਅੱਜ ਦਾ, ਖਿਚੜੀ ਅਤੇ ਨਾਲ ਦਹੀਂ। ਸੋ ਇਹ ਸੀ ਮੇਰਾ ਅੱਜ ਦੀ ਵੀਡੀਓ, ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਥੈਂਕ ਯੂ। ਮਿਲਾਂਗੇ ਇੱਕ ਹੋਰ ਵੀਡੀਓ ਲੈ ਕੇ, ਤਦ ਤੱਕ ਲਈ ਸਤਿ ਸ਼੍ਰੀ ਅਕਾਲ।